ਇਹ ਭੀਖੀ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਮੋਹਾਲੀ ਬੰਦੀ ਸਿੰਘਾਂ ਦੀ ਰਿਹਾਈ ਦੀ ਜਿਹੜਾ ਮੋਰਚਾ ਲਗਾਇਆ ਗਿਆ ਉਹਦੇ ਵਿੱਚ ਸ਼ਾਮਲ ਹੋਣ ਲਈ ਸੰਗਤ ਅੱਜ ਜਾ ਰਹੀ ਹੈ ਕਾਫਲੇ ਦੇ ਰੂਪ ਵਿੱਚ। ਬਿਲਕੁਲ ਉਹ ਪਹੁੰਚਣ ਵਾਲੇ ਆ, ਵਿਦ ਇਨ ਸਮ ਮਿੰਟਸ, ਦੋ ਚਾਰ ਪੰਜ ਮਿੰਟ 'ਚ ਪਹੁੰਚ ਰਹੇ ਆ। ਜਿਹੜੀ ਸੰਗਤ ਆ ਰਹੀ ਉਹਦਾ ਸਨਮਾਨ ਲਈ, ਕਿਉਂਕਿ ਇਹ ਸਾਡਾ ਲੋਕ ਸਭਾ ਹਲਕਾ ਹੈਗਾ ਮਾਨ ਸਾਹਿਬ ਦਾ, ਆਪਾਂ ਭੌਨੀਗੜ੍ਹ ਖੜ੍ਹੇ ਹਾਂ, ਸੋ ਲੋਕ ਸਭਾ ਸੰਗਰੂਰ ਆਉਂਦੀ ਆ, ਸੋ ਉਹਨਾਂ ਦੇ ਲਈ ਉਹ ਸਨਮਾਨ ਕਰਨ ਲਈ ਪਹੁੰਚ ਰਹੇ ਆ ਬੜੀ ਜਲਦੀ। ਲਗਾਤਾਰ ਲੰਬੇ ਸਮੇਂ ਤੋਂ ਕੌਮੀ ਸਾਹਿਬ ਮੋਰਚਾ ਚੱਲਦਾ, ਕਿਵੇਂ ਦੇਖਦੇ ਸਰਕਾਰਾਂ ਨੂੰ ਲਾ ਕੇ ਧਿਆਨ? ਸਰਕਾਰਾਂ ਨੂੰ ਬਾਈ ਇੱਧਰ ਧਿਆਨ ਦੇਣਾ ਚਾਹੀਦਾ ਗਾ। ਇਹ ਕੋਈ ਇੱਕ ਹਿਸਾਬ ਦਾ ਤਾਂ ਦੇਸ਼ 'ਚ ਐਂ ਲੱਗਦਾ ਵੀ ਵੱਖ ਵੱਖ ਕਾਨੂੰਨ ਚੱਲ ਰਿਹਾ। ਇੱਕ ਪਾਸੇ ਸਰਸੇ ਵਾਲੇ ਨੂੰ ਘੰਟੇ 'ਚ ਬਾਹਰ ਕੱਢ ਦਿੰਦੇ ਆ ਇਹ, ਇੱਕ ਪਾਸੇ ਸਾਡੇ ਵਾਲੇ ਸਿੰਘ 25-25 ਸਾਲ ਵੱਧ ਸਜ਼ਾਵਾਂ ਕੱਟ ਗਏ ਅਤੇ ਉਹਨਾਂ ਨੂੰ ਬਾਹਰ ਕਿਉਂ ਨਹੀਂ ਕਰ ਰਹੇ? ਇਸ ਹਿਸਾਬ ਨਾਲ ਤਾਂ ਫਿਰ ਸਿੱਖਾਂ ਨਾਲ ਧੱਕਾ ਹੋ ਰਿਹਾ ਹੈਗਾ। ਸਿੱਖ ਕਿੰਨਾ ਕੁ ਚਿਰ ਜਰਨਗੇ? ਕਰਨਾ ਹੀ ਚਾਹੀਦਾ, ਉਹਨੂੰ ਰਾਹਤ ਜਲਦੀ ਜਲਦੀ ਕਰਨਾ ਚਾਹੀਦਾ। ਜੇ ਲਗਾਤਾਰ ਹਿੰਦੂ ਰਾਸ਼ਟਰ ਦੀ ਗੱਲ ਕੀਤੀ ਜਾਵੇ ਜਾਂ ਬਗੇਸ਼ਵਰ ਧਾਮ ਜਾਂ ਹੋਰ ਹਿੰਦੂ ਰਾਸ਼ਟਰ ਨੂੰ ਅੱਗੇ ਕਰ ਰਿਹਾ, ਜੇਕਰ ਖਾਲਿਸਤਾਨ ਬੋਲਦਾ ਤਾਂ ਉੱਤੇ ਕਾਰਵਾਈ ਕੀਤੀ ਜਾਂਦੀ? ਪੰਗਾ ਤਾਂ ਇਹੀ ਆ ਬਾਈ, ਹਿੰਦੂ ਰਾਸ਼ਟਰ ਜਦੋਂ ਉਹ ਕਹਿੰਦੇ ਆ ਉਹਨਾਂ 'ਤੇ ਕੋਈ ਕਾਰਵਾਈ ਕਰਨ ਦੀ ਗੱਲ ਨਹੀਂ ਕਰਦੇ। ਫਿਰ ਜੇ ਕੋਈ ਸਾਡੇ 'ਚ ਉੱਠ ਕੇ ਕਹਿੰਦਾ ਵੀ ਅਸੀਂ ਖਾਲਿਸਤਾਨ ਲੈਣਾ ਤਾਂ ਫਿਰ ਇਹ ਚੀਕਾਂ ਮਾਰਦੇ ਆ। ਐਂ ਤਾਂ ਫਿਰ ਕੱਲ੍ਹ ਨੂੰ ਮੁਸਲਮਾਨ ਸਥਾਨ ਵੀ ਬਣਾਓ, ਇਹ ਤਾਂ ਸਾਰੇ ਤੁਸੀਂ ਬਣਾ ਕੇ ਦਿਓ। ਉਹਨਾਂ ਨੂੰ ਇਹ ਕੰਮ ਬੰਦ ਕਰਨਾ ਚਾਹੀਦਾ, ਇਹਦੇ ਨਾਲ ਦੇਸ਼ ਟੁੱਟੂਗਾ, ਕੋਈ ਜੁੜਨ ਦੀ ਆਸ ਨਹੀਂ। ਕਿੱਥੇ ਤਾਂ ਹੁਣ ਇੱਥੇ ਸਾਰਾ ਇਹ ਦੇਸ਼ 'ਚ ਸਾਰੇ ਭਾਈਚਾਰੇ ਦੇ ਲੋਕ ਰਹਿੰਦੇ ਆ, ਸਾਰੀਆਂ ਜਾਤਾਂ ਦੇ ਲੋਕ ਰਹਿੰਦੇ ਆ, ਸਾਰੇ ਧਰਮਾਂ ਦੇ ਲੋਕ ਰਹਿੰਦੇ ਆ, ਕਿੱਥੇ ਅਸੀਂ ਇਕੱਠੇ ਆਪਦਾ ਟਾਈਮ ਲੰਘਾ ਰਹੇ ਹਾਂ, ਕਿੰਨਾ ਵਧੀਆ ਦੇਸ਼ ਆ ਵੀ ਸਮੂਹ ਆ ਸਾਰਿਆਂ ਦਾ। ਪਰ ਇਹ ਆ ਰੋਜ਼ ਨਵਾਂ ਵਿਵਾਦ ਇਹ ਖੜਾ ਕਰ ਰਹੇ ਆ, ਸਿੱਖ ਨਹੀਂ ਕਰ ਰਹੇ, ਇਹ ਸਿੱਖਾਂ ਨੂੰ ਬੋਲਣ ਲਈ ਮਜਬੂਰ ਕਰ ਰਹੇ ਆ ਬੰਦੇ। ਕੋਈ ਕਹਿੰਦਾ ਜੀ ਹਿੰਦੂ ਰਾਸ਼ਟਰ ਬਣਾਉਣਾ, ਕੋਈ ਕੁਛ, ਕੋਈ ਕੁਛ। ਜੀ ਜੀ, ਜਿੱਥੇ ਦਿੱਲੀ ਸਾਹਿਬ ਮੋਰਚੇ ਜਿੱਤੇ ਉੱਥੇ ਲੱਗਦਾ ਕੌਮੀ ਸਾਹਿਬ ਮੋਰਚੇ ਦੀ ਵੀ ਜਲਦੀ ਜਿੱਤ ਹੋਊਗੀ? ਬਾਈ ਹੋਊਗੀ ਜਿੱਤ, ਲੋਕਾਂ ਸਿਰ ਧਿਆ ਕੰਮ, ਕਾਨੂੰਨ ਪੱਖੋਂ ਦਾ ਕੰਮ ਹੋ ਚੁੱਕਿਆ। ਹੁਣ ਪਤਾ ਕੀ ਦੇਖ ਰਹੇ ਆ? ਹੁਣ ਰਾਜਨੀਤੀ ਵੱਲ ਦੇਖ ਰਹੇ ਆ। ਜੇ ਉਹਨਾਂ ਨੂੰ ਲੱਗਿਆ ਇਹ ਲੋਕਾਂ ਸਾਰੇ ਰਹਿ ਗਿਆ, 12,800 ਪਿੰਡ ਆ, ਜੇ ਹਰੇਕ ਪਿੰਡ 'ਚ ਉੱਥੇ ਟਰਾਲੀ ਲੱਗ ਜਾਏ ਕਿਸਾਨੀ ਮੋਰਚੇ ਵਾਂਗੂ, ਅਤੇ ਉਹਨਾਂ ਨੂੰ ਉਹਦੀ ਪਤਾ ਲੱਗ ਜੂ, ਸਿਆਸਤਦਾਨਾਂ ਨੂੰ ਵੀ, ਯਾਰ ਇੱਧਰ ਤਾਂ ਵੋਟ ਹੀ ਵੱਧ ਗਈ, ਇੱਕ ਮਿੰਟ 'ਚ ਸਾਡੇ ਸਿੰਘ ਬਾਹਰ ਆ ਜਾਣਗੇ, ਅਤੇ ਬਾਕੀ ਲੋਕਾਂ ਦੇ ਜ਼ੋਰ ਨਾਲ ਅਸੀਂ ਲੈ ਜਾਂਗੇ ਖਿੱਚ ਕੇ ਬਈ ਕੰਮ, ਜਿਹੜੇ ਹਿਸਾਬ ਨਾਲ ਲੋਕ ਉੱਥੇ ਜਾ ਰਹੇ ਆ। ਅੰਮ੍ਰਿਤਪਾਲ ਦੇ ਉਸ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ? ਜਿਵੇਂ ਕਹਿੰਦੇ ਨੇ ਕਿ ਮੈਂ ਭਾਰਤੀ ਨਹੀਂ ਹੈਗਾ, ਜਿਹੜਾ ਪਾਸਪੋਰਟ ਹੈ ਇੱਕ ਉਹ ਟਰੈਵਲਿੰਗ ਦਾ ਦਸਤਾਵੇਜ਼ ਹੈ। ਉਹ ਬਾਈ ਜੀ ਅੰਮ੍ਰਿਤਪਾਲ ਜੀ ਨੇ, ਭਾਈ ਸਾਹਿਬ ਨੇ ਦੱਸਤਾ ਪਾਸਪੋਰਟ ਬਾਰੇ ਸਾਰਾ, ਵੀ ਗਾਂਧੀ ਕੋਲੇ ਉੱਧਰ ਇੰਗਲੈਂਡ ਦਾ ਸੀ, ਉਹ ਸਾਰਾ ਉਹਨੇ ਦੱਸਤਾ। ਬਾਕੀ ਅੰਮ੍ਰਿਤਪਾਲ ਨਸ਼ੇ ਛਡਾ ਰਿਹਾ ਗਾ, ਜਵਾਨੀ ਨੂੰ ਸਿੱਧੇ ਰਾਹ ਲਾ ਰਿਹਾ ਗਾ, ਅੰਬਰ ਸਕਾ ਰਿਹਾ। ਹੁਣ ਹੋਰ ਦੱਸੋ ਆਪਾਂ ਕੀ ਭਾਲਦੇ ਹਾਂ? ਜੇ ਕੋਈ ਕੰਮ ਚੰਗਾ ਢਾਲ ਬਣਾਇਆ ਗਿਆ ਉਸ ਨੂੰ ਕਿਵੇਂ ਦੇਖਦੇ? ਬਾਈ ਜੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਆ, ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਹੜੇ ਅਸਲੀ ਗੁਰੂ ਨੂੰ ਮੰਨਣ ਵਾਲੇ ਆ। ਜੇ ਅਸੀਂ ਕੋਈ ਵਿਆਹ ਕਰਦੇ ਹਾਂ ਘਰੇ ਖੁਸ਼ੀ 'ਚ, ਤਾਂ ਵੀ ਸਾਡੇ ਗੁਰੂ ਸਾਹਿਬ ਦਾ ਅਸੀਂ ਪ੍ਰਕਾਸ਼ ਕਰਾਉਂਦੇ ਹਾਂ। ਜੇ ਕੋਈ ਮਾਰਗ ਹੁੰਦੀ ਆ ਤਾਂ ਵੀ ਕਰਾਉਂਦੇ ਹਾਂ। ਅਸੀਂ ਤਾਂ ਦੁੱਖ ਸੁੱਖ 'ਚ ਸਾਡੇ ਸਹਾਈ ਆ, ਅਸੀਂ ਤਾਂ ਗੁਰੂ ਨੂੰ ਮੂਹਰੇ ਲਾ ਕੇ ਚੱਲਦੇ ਹਾਂ, ਨਿਸ਼ਾਨ ਸਾਹਿਬ ਦੇ ਥੱਲੇ ਲੜਾਈ ਲੜ ਰਹੇ ਹਾਂ। ਸਾਡਾ ਤਾਂ ਗੁਰੂ ਬਣਾ ਕਦੇ ਕੁਛ ਹੈ ਹੀ ਨਹੀਂ। ਠੀਕ ਆ, ਉਹ ਆਪਦੇ ਬੰਦੀ ਕਹਿਣ ਲੱਗ ਜਾਂਦੇ ਵੀ ਤੂੰ ਐਂ ਕਰਤਾ ਹੋਇਆ ਐਂ ਕਰਤਾ। ਜਿਹੜਾ ਬੰਦਾ ਚੰਗਾ ਕੰਮ ਕਰਦਾ ਉਹਨੂੰ ਏਜੰਸੀਆਂ, ਸਟੇਟ ਕੰਨੀ ਜਿਹੜੇ ਲੋਕ ਖੜ੍ਹਦੇ ਆ ਪੰਜਾਬ ਵਾਲੇ ਗਦਾਰ, ਉਹ ਉਲਟ ਚੱਲ ਪੈਂਦੇ। ਹਾਂਜੀ ਸਰਕਾਰ ਵਜੋਂ ਮੈਂ ਆਇਆ ਜੀ, ਸਾਡੀ ਸਾਰੀ ਪਾਰਟੀ ਇੱਥੇ ਹੈਗੀ ਹੈ ਅਤੇ ਬਹੁਤ ਵੱਡਾ ਮੋਰਚਾ ਸਿੱਖਾਂ ਦਾ, ਕਿਉਂ ਕਰਕੇ 2015 ਤੋਂ ਬਾਅਦ ਕੋਈ ਵੀ ਦੋਸ਼ੀ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਕੀਤੀ ਹੈ। ਅਤੇ 328 ਮਹਾਰਾਜ ਦੇ ਸਰੂਪ ਹੇਰਾਫੇਰੀ ਕਰਤੀ ਹੈ, ਗਵਾਤੇ ਹੈ ਜਾਂ ਵੇਚਤੇ ਹੈ, ਅਤੇ SGPC ਦੇ ਇਲੈਕਸ਼ਨ 12 ਸਾਲ ਤੋਂ ਨਹੀਂ ਹੋ ਰਹੇ, ਜਦਕਿ ਕਾਨੂੰਨ ਦੇ ਮੁਤਾਬਕ ਹਰੇਕ 5 ਸਾਲ ਬਾਅਦ ਇਹ ਇਲੈਕਸ਼ਨ ਹੋਣੇ ਚਾਹੀਦੇ ਹੈ। ਅਤੇ ਅੱਜ ਲਹਿਰ ਇੰਡੀਆ ਵੱਲੋਂ ਵੱਧ ਗਈ ਹੈ ਕਿ ਇਹ ਪਤਾ ਨਹੀਂ ਕੀ ਅੱਤਵਾਦੀ ਹੈ ਸਿੱਖ, ਕੀ ਇਹ ਇਸ ਤਰ੍ਹਾਂ ਦੇ ਸ਼ਬਦ ਸਾਡੇ ਖਿਲਾਫ਼ ਇੰਡੀਆ ਦੀ ਪ੍ਰੈਸ ਬੇਸ਼ੱਕ ਕਿਸੇ ਜ਼ਬਾਨ ਦੀ ਹੋਵੇ, ਸਾਨੂੰ ਫੀਲ ਹੋ ਰਿਹਾ ਹੈ ਕਿ ਸਾਨੂੰ ਆਈਸੋਲੇਟ ਕੀਤਾ ਜਾ ਰਿਹਾ ਹੈ। ਅਤੇ ਫਿਰ ਖਾਲਿਸਤਾਨ ਦੀ ਗੱਲ ਹੋ ਰਹੀ ਹੈ, ਅਤੇ ਜੇ ਤੁਸੀਂ ਇਸ ਤਰ੍ਹਾਂ ਸਾਨੂੰ ਅਲੈਦਾ ਕਰ ਦੋਗੇ ਪ੍ਰੈਸ ਦੇ ਰਾਹੀਂ, ਫਿਰ ਜਿਹੜੇ ਖਾਲਿਸਤਾਨ ਮੰਗਦੇ ਉਹਨਾਂ ਦਾ ਰਾਹ ਤਾਂ ਜ਼ਿਆਦਾ ਸੌਖਾ ਹੋ ਜੂਗਾ ਫਿਰ, ਹੈ ਨਾ? ਨਾ ਕਿ ਸਾਨੂੰ ਵਿੱਚ ਮਿਲਾਉਣ ਦੇ।
ਇਹ ਹਿੰਦੁੱਤਵਾ ਦੀ ਪੁਰਾਣੀ ਇਹਨਾਂ ਦੀ ਇਤਿਹਾਸ ਕਹਿੰਦਾ ਕਿ ਇਹ ਸਮਾਜ ਨੂੰ ਇੱਕ ਨਹੀਂ ਰੱਖ ਸਕੇ। ਜਿਹੜੇ ਮਨੂ ਦੇ ਸ਼ਾਸਤਰ ਹੈ ਉਹਦੇ ਵਿੱਚ ਸਮਾਜ ਨੂੰ ਚਾਰ ਥਾਵਾਂ ਦੇ ਵਿੱਚ ਵੰਡ ਦਿੱਤਾ ਔਰ ਹੁਣ ਵੀ ਇਹ ਸਿੱਖ ਕੌਮ ਨੂੰ ਨਾਲ ਲੈ ਕੇ ਨਹੀਂ ਜਾ ਰਹੇ ਔਰ ਮੈਂ ਮੈਂਬਰ ਪਾਰਲੀਮੈਂਟ ਹੈ ਉੱਥੇ ਵੀ ਮੈਨੂੰ ਟਾਈਮ ਨਹੀਂ ਮਿਲਦਾ। ਇਹ ਕਹਿੰਦੀ ਹੈ ਹਕੂਮਤ ਕਹਿੰਦੀ ਹੈ ਕਿ ਜਿਹੜੀ ਪਾਰਟੀ ਦੇ ਮੈਂਬਰ ਹੁੰਦੇ ਹੈ ਜਿਨ੍ਹਾਂ ਦੇ ਪਾਰਟੀ ਦੇ ਮੈਂਬਰ ਹੁੰਦਾ ਉਹਦੇ ਮੁਤਾਬਕ ਤੁਹਾਨੂੰ ਟਾਈਮ ਦਿੱਤਾ ਜਾਂਦਾ ਪਰ ਤੁਹਾਡੀ ਪਾਰਟੀ 'ਚ ਤਾਂ ਸਿਰਫ ਤੁਸੀਂ ਇੱਕ ਹੋ। ਫਿਰ ਇਹਦਾ ਮਤਲਬ ਹੈ ਕਿ ਸਾਰੀਆਂ ਪਾਰਟੀਆਂ ਦੇ ਵਿੱਚ ਜਿਨ੍ਹਾਂ ਦੀ ਬਹੁ ਗਿਣਤੀ ਹੈ ਉਹ ਤਾਂ ਸਾਡੇ ਵੀਰ ਹਿੰਦੂਆਂ ਦੀ ਹੈ। ਇਹਦਾ ਮਤਲਬ ਹੈ ਕਿ ਪਾਰਲੀਮੈਂਟ ਦੇ ਵਿੱਚ ਸਿਵਾਏ ਹਿੰਦੂ ਤੋਂ ਕੋਈ ਬੋਲ ਨਹੀਂ ਸਕਦਾ ਹੈਗਾ ਨਾ ਉਹਨੂੰ ਟਾਈਮ ਦਿੱਤਾ ਜਾਂਦਾ ਇਸ। ਸੋ ਮੇਰਾ ਮਤਲਬ ਹੈ ਕਿ ਅੱਜ ਸਾਰੇ ਫੋਰਨ ਮਿਨਿਸਟਰ G20 ਦੇ ਆਏ ਹੋਏ ਹੈ ਅਤੇ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਕਿ ਇਹ ਸਾਡੇ ਜਿਹੜੇ ਸਿੱਖਾਂ ਦੇ ਮਸਲੇ ਹੈ 1984 ਦੇ ਵਿੱਚ ਸਾਡੇ ਉੱਤੇ ਨਸਲਕੁਸ਼ੀ ਕੀਤੀ ਗਈ ਹੈ ਦਰਬਾਰ ਸਾਹਿਬ ਦੇ ਉੱਤੇ ਫੌਜ ਨੇ ਅਟੈਕ ਟੈਂਕਾਂ ਤੋਪਾਂ ਦੇ ਨਾਲ ਕੀਤਾ ਅਤੇ ਅਜੇ ਤੱਕ ਸਾਨੂੰ ਉਹਦਾ ਕੋਈ ਵੀ ਜਿਹੜਾ ਸਰਕਾਰ ਨੂੰ ਚਾਹੀਦਾ ਕਿ ਦੋਸ਼ੀਆਂ ਨੂੰ ਫੜਿਆ ਜਾਵੇ ਕੋਈ ਫੜੇ ਨਹੀਂ। ਸੁਪਰੀਮ ਕੋਰਟ ਦੇ ਵਿੱਚ ਕੋਈ ਸਾਡਾ ਜੱਜ ਹੈ ਨਹੀਂ ਗਾ ਕੋਈ ਆਰਮੀ ਕਮਾਂਡਰ ਨਹੀਂ ਹੈ ਕੋਈ ਨੇਵੀ ਏਅਰਫੋਰਸ ਦਾ ਸਿੱਖ ਆਰਮੀ ਕਮਾਂਡਰ ਨਹੀਂ ਹੈ। ਜਿੰਨੀਆਂ ਵੀ ਹਾਈ ਕੋਰਟਾਂ ਹੈਗੀਆਂ ਸਾਰੇ ਮੁਲਕ ਦੇ ਵਿੱਚ ਉੱਥੇ ਚੀਫ ਜਸਟਿਸ ਸਿੱਖ ਕੋਈ ਨਹੀਂ ਹੈ। ਤਾਂ ਮੇਰਾ ਮਤਲਬ ਹੈ ਕਿ ਹੁਣ ਸਿੱਖਾਂ ਨੂੰ ਇਸ ਤਰ੍ਹਾਂ ਪਰੇ ਕਿਉਂ ਕੀਤਾ ਜਾ ਰਿਹਾ ਇਹਦੇ ਨਾਲ ਜਿਹੜਾ ਵਖਰੇਵਾ ਪੈ ਰਿਹਾ। ਜੇ ਅਸੀਂ ਅੱਜ ਖਾਲਿਸਤਾਨ ਦੀ ਮੰਗ ਕਰਦੇ ਹਾਂ ਤਾਂ ਉਹ ਤਾਂ ਫਿਰ ਸਾਡੇ ਲਈ ਰਸਤਾ ਤੁਸੀਂ ਆਪ ਹੀ ਸਾਫ਼ ਕਰੀ ਜਾਂਦੇ ਹੋ ਸਾਨੂੰ ਮਿਲਾਉਂਦੇ ਤਾਂ ਹੈ ਨਹੀਂ। ਤਾਂ ਫਿਰ ਰਸਤਾ ਜਦੋਂ ਆਪ ਹੀ ਸਾਫ਼ ਕਰਤਾ ਅਤੇ ਖਾਲਿਸਤਾਨ ਦਾ ਰਾਹ ਖੋਲ੍ਹਤਾ ਫਿਰ ਤੁਸੀਂ ਪਿੱਟੋਗੇ ਪਰ ਪਿੱਟਣਾ ਨਹੀਂ ਹੈ ਕਿਉਂ ਕਰਕੇ ਖਾਲਿਸਤਾਨ ਇੱਕ ਬਫਰ ਸਟੇਟ ਹੋਊਗਾ ਇਸਲਾਮਿਕ ਪਾਕਿਸਤਾਨ ਹਿੰਦੂ ਇੰਡੀਆ ਦੇ ਵਿੱਚ ਵਿਚਾਲੇ ਅਤੇ ਕੌਮਰੇਡ ਚੀਨ ਦੇ। ਇਹਨਾਂ ਤਿੰਨਾਂ ਦਾ ਇੱਕ ਦੂਜੇ ਨਾਲ ਇੱਟ ਕੁੱਤੇ ਦਾ ਵੈਰ ਹੈ। ਜੇ ਇਹਨਾਂ ਦਾ ਜੰਗ ਹੋ ਗਿਆ ਸਾਡਾ ਪੰਜਾਬ ਮੈਦਾਨੀ ਜੰਗ ਬਣ ਜੂਗਾ ਫਿਰ ਨਾ ਹਿੰਦੂ ਬਚੂਗਾ ਨਾ ਕੋਈ ਸਾਰੇ ਪੰਜਾਬੀਆਂ ਤਬਾਹ ਹੋ ਜਾਣਗੇ ਸਿੱਖ ਵੀ ਖਤਮ ਸਾਰੇ। ਸੋ ਮੇਰਾ ਮਤਲਬ ਹੈ ਇਹ ਇਹਨਾਂ ਦੇ ਇੱਟ ਦੇ ਵਿੱਚ ਹੈ ਕਿ ਜੇ ਹੁਣ ਖਾਲਿਸਤਾਨ ਬਣ ਜਾਵੇ। ਮਾਨ ਸਾਹਿਬ ਹੋਮ ਮਿਨਿਸਟਰ ਅਮਿਤ ਸ਼ਾਹ ਅਤੇ ਭਗਵੰਤ ਸਿੰਘ ਮਾਨ ਜਿਹੜੇ ਹੈਗੇ ਨੇ ਜਲਦੀ ਅਮਿਤ ਸਿੰਘ ਭਾਲ 'ਤੇ ਐਕਸ਼ਨ ਲੈਣਗੇ ਇਸ ਤਰ੍ਹਾਂ ਦੇਖਦੇ ਹੋ ਸਥਿਤੀ ਜਿਹੜੀ ਤਣਾਅਪੂਰਨ ਹੋ ਰਹੀ ਹੈ ਲਗਾਤਾਰ ਉਹ ਨੌਜਵਾਨਾਂ ਨੂੰ ਸਿੱਖੀ ਨਾਲ ਵੀ ਜੋੜ ਰਹੇ ਨੇ। ਉਹ ਤਾਂ ਮੈਂ ਸ਼ੁਰੂ ਤੋਂ ਕਿਹਾ ਕਿ ਉਹ ਤਾਂ ਅੰਮ੍ਰਿਤ ਪ੍ਰਚਾਰ ਕਰ ਰਹੇ ਹੈ ਅਤੇ ਜਿਹੜੇ ਨਸ਼ੇ ਹੈਗੇ ਹੈ ਇਹਨਾਂ ਤੋਂ ਲੋਕਾਂ ਨੂੰ ਦੂਰ ਕਰ ਰਹੇ ਹੈਗੇ ਹੈ। ਕੋਈ ਇਹੋ ਜਿਹੀ ਗੱਲ ਤਾਂ ਹੈ ਨਹੀਂ ਵੀ ਕਿ ਅੰਮ੍ਰਿਤਪਾਲ ਸਿੰਘ ਨੇ ਕੁਛ ਇਹੋ ਜਿਹਾ ਕੰਮ ਕਰਤਾ ਹੋਵੇ ਜਿਹਦੇ ਨਾਲ ਹੋਮ ਮਿਨਿਸਟਰ ਸ਼ਾਹ ਜੀ ਅਤੇ ਚੀਫ ਮਿਨਿਸਟਰ ਭਗਵੰਤ ਜੀ ਅੱਜ ਗੱਲ ਕਰਨਗੇ। ਚਲੋ ਜੇ ਗੱਲ ਕਰਨਗੇ ਸਿੱਖਾਂ ਦੇ ਜਿਹੜੇ ਮਸਲੇ ਹੈ ਛੋਟੇ ਛੋਟੇ, ਇੱਕ ਤਾਂ SCPC ਦੇ ਇਲੈਕਸ਼ਨਸ ਹੈ, ਇੱਕ ਜਿਹੜੇ ਜੇਲ੍ਹਾਂ ਦੇ ਵਿੱਚ ਬੰਦੀ ਬੈਠੇ ਹੈ 32-32 ਸਾਲਾਂ ਤੋਂ, ਫਿਰ ਜਿਹੜੇ 328 ਬੀੜਾਂ ਚਰਾਈਆਂ ਗਈਆਂ SCPC ਦੇ ਇਲੈਕਸ਼ਨਸ ਨਹੀਂ ਹੋ ਰਹੇ। ਸੋ ਇਹ ਛੋਟੇ ਛੋਟੇ ਕੰਮ ਹੈ ਇਹ ਜੇ ਹੱਲ ਕਰ ਦੇਣ ਸਾਨੂੰ ਅੱਜ ਇੱਥੇ ਖੜ੍ਹਨ ਦੀ ਲੋੜ ਨਹੀਂ ਸੀ ਨਾ ਇੱਥੋਂ ਕੋਈ ਮੋਰਚੇ ਨੇ ਜਾਣਾ ਸੀਗਾ। ਅਸੀਂ ਜਿਵੇਂ ਵੱਧ ਗਿਣਤੀ ਰਹਿੰਦੀ ਹੈ ਆਰਾਮ ਦੇ ਨਾਲ ਅਸੀਂ ਵੀ ਆਰਾਮ ਦੇ ਨਾਲ ਰਹੀਏ। ਸਾਨੂੰ ਕੋਈ ਸ਼ੌਕ ਤਾਂ ਹੈ ਨਹੀਂ ਸੜਕਾਂ 'ਤੇ ਆਉਣ ਦਾ ਪਰ ਮਜਬੂਰਨ ਸਾਨੂੰ ਕੀਤਾ ਜਾ ਰਿਹਾ। ਜੀ ਜੀ ਮਾਨ ਸਾਹਿਬ, ਲਗਾਤਾਰ ਸਿੱਖਾਂ ਨੇ ਵੱਡੀਆਂ ਜਿੱਥੇ ਜੰਗਾਂ ਜਿੱਤੀਆਂ ਨੇ ਉੱਥੇ ਅੰਮ੍ਰਿਤਪਾਲ ਨੂੰ ਕੇਂਦਰ ਸਰਕਾਰ ਅੱਤਵਾਦੀ ਬਣਾਉਣ ਦਾ ਇਹੋ ਜਿਹੇ ਸ਼ਬਦ ਵਰਤ ਰਹੀ ਹੈ, ਕਿਵੇਂ ਦੇਖਦੇ ਹੋ ਕਿਉਂ ਪੰਜਾਬ ਦੇ ਹਾਲਾਤ ਇੱਦਾਂ ਦੇ ਬਣਾ ਰਹੀ ਹੈ ਸਰਕਾਰ? ਫਿਰ ਆਪਣੀ ਸਰਕਾਰ ਹੈ ਨਹੀਂ, 1947 ਦੇ ਵਿੱਚ ਅੰਗਰੇਜ਼ਾਂ ਨੇ ਬਹੁਤ ਸਾਡੇ ਨਾਲ ਬੇਈਮਾਨੀ ਕੀਤੀ ਹੈ ਕਿ ਹਿੰਦੂ ਨੂੰ ਹਿੰਦੁਸਤਾਨ ਦੇ ਤਾ, ਮੁਸਲਮਾਨ ਨੂੰ ਪਾਕਿਸਤਾਨ ਦੇ ਤਾ। ਜਿਹਦਾ ਸੰਵਿਧਾਨਕ ਹੱਕ ਸੀ ਸਿੱਖਾਂ ਦਾ ਕਿ ਇਹਨਾਂ ਦਾ ਦੇਸ਼ ਹੋਵੇ ਸਾਨੂੰ ਉਹ ਦੇ ਕੇ ਨਹੀਂ ਗਏ ਹੈਗੇ ਅਤੇ ਸਾਡੇ ਲੀਡਰ ਵੀ ਉਹਨਾਂ ਦੇ ਵਿੱਚ ਇੰਨੀ ਚੁਸਤੀ ਨਹੀਂ ਸੀਗੀ
कि वह अपने हक पूरे करा सकन। अफसोस है सानू।